ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਜੀ ਤੁਸੀਂ ਸਾਰੇ? ਤੁਹਾਡਾ ਸਾਰਿਆਂ ਦਾ ਸਵਾਗਤ ਹੈ ਖਬਰੀ ਡਲ ਵਨ ਦੇ ਤੁਹਾਡੇ ਮਨਪਸੰਦ ਪ੍ਰੋਗਰਾਮ ਬੀਸੀ ਵਿਦ ਭਾਜੀ ਦੇ ਵਿੱਚ। 2 ਦਿਨਾਂ ਬਾਅਦ ਅੱਜ ਫੇਰ ਕੁਝ ਨਵੇਂ ਮੁੱਦੇ, ਕੁਝ ਭਖਦੇ ਮੁੱਦੇ, ਭਖਦੇ ਮਸਲੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ। ਮਤਲਬ ਆਪਾਂ ਕਾਹਲੀ ਨਹੀਂ ਕਰਨੀ, ਸਵਾਲ ਬਹੁਤ ਹੈ ਤੇ ਭਾਜੀ ਨਾਲ ਆਪਾਂ ਗੱਲ ਕਰਦੇ ਹਾਂ, ਪਰ ਕਾਹਲੀ ਨਹੀਂ ਕਰਨੀ, ਹੌਲੀ ਹੌਲੀ ਕਰਕੇ। ਤੁਹਾਨੂੰ ਪਤਾ ਹੀ ਹੈ ਬਸ ਕੌਣ ਕਾਹਲੀ ਕਰ ਗਿਆ। ਆਪਾਂ ਭਾਜੀ ਨਾਲ ਗੱਲ ਕਰਦੇ ਹਾਂ, ਠੀਕ ਹੈ ਭਾਜੀ? ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ? ਬਸ ਵਧੀਆ ਜੀ। ਅੱਛਾ, 2 ਦਿਨਾਂ ਬਾਅਦ ਅੱਜ ਸਵਾਲ ਬੜੇ ਇਕੱਠੇ ਕੀਤੇ ਹੋਏ, ਮੇਰੇ ਵੀ ਦਿਲ ਦੇ ਵਿੱਚ ਵਲਵਲੇ ਜਿਹੇ ਉੱਠੇ ਆ। ਮੈਂ ਕਿਹਾ ਵੀ 2 ਦਿਨ ਹੋ ਗਏ ਭਾਜੀ ਨੂੰ ਅੱਜ ਮਿਲੇ ਨੀਗੇ ਤੇ ਅੱਜ ਜਾ ਕੇ ਕਰੀਏ, ਪਰ ਕਾਹਲੀ ਨਹੀਂ ਕਰਨੀ ਜਿਵੇਂ ਲੋਕ ਕਾਹਲੀ ਕਰੀ ਜਾਂਦੇ ਆ। ਸਮਝ ਗਏ ਨਾ ਤੁਸੀਂ ਕਿ BMW ਕੋਈ ਕਹਿੰਦਾ ਪ੍ਰੋਜੈਕਟ ਲਾਉਣਾ ਤੇ ਕੋਈ ਕਹਿੰਦਾ ਅਸੀਂ ਤਾਂ ਕੁਝ ਕਿਹਾ ਨਹੀਂ, ਆਏ ਆਪਦੇ ਮਨ ਹੀ ਬਣਾਈ ਜਾਂਦੇ ਹੈਗੇ ਆ। ਕੋਈ ਕਹਿੰਦਾ ਕਾਹਲੀ ਕਰਕੇ ਤੇ ਕੋਈ ਕਹਿੰਦਾ ਨਹੀਂ ਹਜੇ ਸਬਰ ਕਰਨਾ ਸੀਗਾ, ਸਾਰੀ ਗੱਲਬਾਤ ਹੋ ਗਈ। ਕੀ ਕੀ ਮਸਲਾ ਕੀ ਹੈ ਭਾਜੀ? ਦੇਖੋ, ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਸਾਰਿਆਂ ਨੂੰ ਕਿ ਜਿਹੜਾ BMW ਵਾਲਾ ਰੌਲਾ ਜਿਹੜਾ ਪਿਆ ਹੈ, ਹਾਂ ਭਗਵੰਤ ਮਾਨ ਸਾਹਿਬ ਕਾਹਲੀ ਕਰ ਗਏ, ਇਹ ਆਪਾਂ ਕਹਿ ਸਕਦੇ ਕਿ ਥੋੜੀ ਜਿਹੀ ਕਾਹਲੀ ਕਰ ਗਏ, ਅੱਛਾ, ਲੇਕਿਨ ਜੋ ਉਹਨਾਂ ਨੇ ਗੱਲ ਕਹੀ ਆ ਉਹ ਝੂਠ ਨਹੀਂ ਹੋ ਸਕਦੀ, ਲੇਕਿਨ ਉਹ ਝੂਠ ਹੋ ਵੀ ਸਕਦੀ ਹੈ। ਅੱਛਾ, ਝੂਠ ਉਹਨਾਂ ਨੇ ਝੂਠ ਨਹੀਂ ਬੋਲਿਆ, ਲੇਕਿਨ ਉਹ ਅਖੀਰ ਝੂਠ ਸਾਬਿਤ ਹੋ ਜਾਏ ਤਾਂ ਉਹ ਇੱਕ ਅਲੱਗ ਗੱਲ ਹੈ। ਮਤਲਬ ਉਹਨਾਂ ਨੇ ਤਾਂ ਗੱਲ ਕਹੀ, ਉਹ ਝੂਠ ਕਿਵੇਂ ਬਣ ਗਈ ਜਾਂ ਕਿਹੜੇ ਹਿਸਾਬ ਨਾਲ ਲੋਕ ਲੈ ਰਹੇ ਹੋ, ਬਿਲਕੁਲ, ਕੀ ਹਾਂ ਮਤਲਬ ਉਹ, ਕਰੋ। ਹਾਂ ਉਹੀ ਚੀਜ਼ ਸਮਝੋ। ਦੇਖੋ, ਇਹ ਉਵੇਂ ਹੋ ਗਿਆ ਕਿ ਜਵਾਕ ਨੇ ਦਾਦੇ ਨੂੰ ਕਿਹਾ ਕਿ ਦਾਦਾ ਦਾਦਾ ਮੈਂ ਨਾਲੇ ਆਈ ਨਿਕਲ ਲੈਂਦਾ। ਅੱਛਾ, ਮੈਂ ਤਾਂ ਇਹ ਗੱਲ ਤਾਂ ਸੁਣਾ ਕਿ ਮੈਨੂੰ ਕਿਸੇ ਨੇ ਬਹੁਤ ਸਾਲ ਪਹਿਲਾਂ ਸਮਝਾਈ ਸੀ, ਠੀਕ ਹੈ। ਮੇਰੇ ਤਾਇਆ ਜੀ ਆ, ਉਹਨਾਂ ਨੇ ਸਮਝਾਈ ਸੀ ਅੱਛਾ, ਤੇ ਮੈਂ ਉਵੇਂ ਹੀ ਤੁਹਾਨੂੰ ਸਮਝਾਉਣ ਲੱਗਿਆ, ਠੀਕ ਹੈ ਠੀਕ ਹੈ। ਉਹ ਕਹਿੰਦੇ ਜੀ ਇੱਕ ਪਿੰਡਾਂ ਦੇ ਜਵਾਕ ਨੇ ਕਿਹਾ, ਉਹਨਾਂ ਨੇ ਆਪਦੇ ਟਾਈਮ ਵਾਲੀ ਗੱਲ ਕੀਤੀ ਸੀ, ਹਾਂਜੀ ਹਾਂਜੀ, ਉਹਨੇ ਕਿਹਾ ਕਿ ਦਾਦਾ ਜੀ ਮੈਂ ਨਾਲੇ ਆ ਜੀ ਨਿਕਲ ਲੈਂਦੀ। ਅੱਛਾ ਠੀਕ ਹੈ, ਠੀਕ ਹੈ, ਦਾਦਾ ਕੰਮ ਕਰੀ ਜਾਂਦਾ ਸੀ, ਉਹਨੇ ਮਗਰੋਂ ਲਾਉਣ ਵਾਸਤੇ ਕਹਿੰਦੇ ਨਾ ਕਿ ਜਵਾਕ ਨੇ ਕੋਈ ਮਗਰੋਂ ਲਾਓ ਯਾਰ, ਕਹਿ ਦੋ ਓਕੇ ਓਕੇ ਕਰ ਦੋ, ਤੇ ਉਹਨੇ ਉਹ ਕਹਿੰਦੇ ਉਹ ਪੰਜਾਬੀ ਜੀ ਜਿਵੇਂ ਉਹਨਾਂ ਨੇ ਮੈਨੂੰ ਕਿਹਾ ਮੈਂ ਉਹ ਦੱਸਿਆ ਨਾ, ਉਹ ਕਹਿੰਦੇ ਮਗਰੋਂ ਲਾਉਣ ਵਾਸਤੇ ਦਾਦਾ ਕਹਿੰਦਾ ਆਓ ਆਓ, ਉਹ ਨਾਲੇ ਆ ਜੀ ਨਿਕਲ ਦੇ ਨਾਲ ਤੈਨੂੰ ਉਹ ਟੀ ਸ਼ਰਟ ਟੂ ਸ਼ਰਟ ਜੀ ਬੂਸ਼ਰਟ ਜੀ ਵੀ ਲੈ ਕੇ ਦੇਵਾਂਗੇ। ਬਰਸ਼ਰ, ਹਾਂ, ਸੋ ਉਹ ਉਹਨਾਂ ਨੇ ਕਹਿਤਾ ਤੇ ਜਵਾਕ ਨੇ ਜਾ ਕੇ ਪੂਰੇ ਸ਼ਹਿਰ ਚ ਰੌਲਾ ਪਾਤਾ, ਅੱਛਾ ਠੀਕ ਹੈ। ਮੁੜ ਕੇ ਦਾਦਾ ਗਿਆ ਬਾਜ਼ਾਰ ਉਹਨੂੰ ਲੈ ਕੇ, ਉੱਥੇ ਜਾ ਕੇ ਦਾਦੇ ਨੂੰ ਭਾਈ ਨਿਕਲ ਨਹੀਂ ਪਸੰਦ ਆਈ ਤੇ ਉਹਨੇ ਵਧੀਆ ਫਸਟ ਕਲਾਸ ਕਮੀਜ਼ ਪਜਾਮਾ ਸਵਾਤਾ ਅੱਛਾ ਲੈਤਾ, ਠੀਕ ਹੈ। ਤੇ ਜਦੋਂ ਵਾਪਸ ਆਏ ਤੇ ਜਵਾਕ ਦੀ ਤਾਂ ਹੋ ਗਈ ਬੇਇੱਜ਼ਤੀ, ਭਾਵੇਂ ਦਾਦੇ ਨੇ ਵਧੀਆ ਫਸਟ ਕਲਾਸ ਕੁਰਤਾ ਪਜਾਮਾ ਲੈ ਕੇ ਦਿੱਤਾ ਪਰ ਉਦੋਂ, ਨਿੱਕਰ ਤਾਂ ਰਹੇਗੀ ਨਾ। ਹਾਂ, ਨਿੱਕਰ ਰਹਿ ਗਈ ਕਿਉਂਕਿ ਹਾਂ ਉਹ ਰੌਲਾ ਪਾ ਚੁੱਕਿਆ ਸੀ। ਅੱਛਾ, ਤਾਂ ਉਹੋ ਜਿਹਾ ਕੁਝ ਹੋਇਆ ਜਾਪਦਾ ਲੱਗਦਾ ਹੈ ਆ BMW ਵਾਲੇ ਮਾਮਲੇ। ਪਰ ਇਹਦੇ ਇਸ ਮਾਮਲੇ ਜਿਹੜਾ ਸਾਰਿਆਂ ਨੂੰ ਸਮਝਣਾ ਚਾਹੀਦਾ, ਮੈਂ ਸਾਰਿਆਂ ਨੂੰ ਸਮਝਾਉਣਾ ਚਾਹੂੰਗਾ ਕਿ ਮਾਮਲਾ ਕੀ ਹੁੰਦਾ। ਦੇਖੋ ਜੀ, ਇੱਕ ਪ੍ਰੋਸੀਜਰ ਹੁੰਦਾ, ਭਗਵੰਤ ਮਾਨ ਸਾਹਿਬ ਗਏ ਟ੍ਰੇਡ ਫੇਅਰ ਦੇ ਵਿੱਚ, ਉੱਥੇ ਟ੍ਰੇਡ ਫੇਅਰ ਲੱਗਿਆ ਸੀ ਜਰਮਨੀ ਦੇ ਵਿੱਚ, ਉੱਥੇ ਗਏ। ਹਾਂਜੀ, ਦੇਖੋ ਫੋਟੋਆਂ ਸਾਹਮਣੇ ਆਈਆਂ, ਫੋਟੋਗ੍ਰਾਫਸ ਆਈਆਂ, ਪਿਕਸ ਖਿੱਚੀਆਂ ਗਈਆਂ, ਮੀਟਿੰਗ ਹੋਈ ਆ, ਮੀਟਿੰਗ ਦੀਆਂ ਪਿਕਸ ਵੀ ਆਈਆਂ ਜਿਹੜੀ ਉਹਨਾਂ ਨੇ BMW ਕੰਪਨੀ ਦੇ ਨਾਲ ਮੀਟਿੰਗ ਕੀਤੀ, ਉਹਨਾਂ ਨੇ ਲਾਈਵ ਹੋ ਕੇ ਵੀ ਦੱਸਿਆਗਾ, ਹਾਂ ਵੀਡੀਓ ਵੀ ਪਾਈ। ਸੋ ਉਹ ਵੀਡੀਓ ਦਾ ਹੀ ਤਾਂ ਰੌਲਾ ਜੀ, ਸੋ ਹਾਂ ਵੀਡੀਓ ਦੇ ਹਾਂ ਵਿੱਚ ਤਾਂ ਉਹ ਕਹਿ ਬੈਠੇ ਹਾਂ ਜਲਦੀ ਕਰਕੇ, ਉਹਦੇ 'ਚ ਕੀ ਹੋਇਆ ਕਿ ਜਦੋਂ ਉਹਨਾਂ ਨੇ ਹੋਈ ਤੇ ਉਹਨਾਂ ਨਾਲ ਗੱਲ ਹੋਈ ਹੋਗੀ, ਕਿਉਂਕਿ ਕੋਈ ਵੀ ਜਿਹੜੀ ਸਟੇਟ ਦੀ ਸਰਕਾਰ ਹੈ ਜਾਂ ਦੇਸ਼ ਦੀ ਸਰਕਾਰ ਹੈ ਉਹ ਹਮੇਸ਼ਾ ਇਨਵਾਈਟ ਕਰਦੀ ਹੈ, ਠੀਕ ਹੈ ਠੀਕ ਹੈ, ਕਿ ਤੁਸੀਂ ਆਓ ਇਨਵੈਸਟਮੈਂਟ ਕਰੋ, ਅਸੀਂ ਤੁਹਾਨੂੰ ਸਾਰਾ ਕੁਝ ਦੇਵਾਂਗੇ ਜੋ ਤੁਹਾਨੂੰ ਚਾਹੀਦਾ ਸਾਨੂੰ ਦੱਸੋ, ਠੀਕ ਹੈ ਠੀਕ ਹੈ। ਉਹਨਾਂ ਨੇ ਇਨਵਾਈਟ ਕੀਤਾ, ਉਹਨੇ BMW ਨੇ ਕਿਹਾ ਹੋਣਾ ਕਿ ਜੀ ਬਿਲਕੁਲ ਅਸੀਂ ਆਵਾਂਗੇ, ਕਿਉਂਕਿ ਅਸੀਂ ਸ਼ਾਇਦ ਹੋਰ ਪਲਾਂਟ ਲਾਣਾ ਹੈ ਜਾਂ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਜਾਂ ਜੋ ਵੀ ਉਹਨਾਂ ਦੇ ਪਲਾਨਸ ਨੇ ਜਾਂ ਉਹਨਾਂ ਦੇ ਬੈਕ ਆਫ ਦਾ ਮਾਈਂਡ ਪਲਾਨ ਚੱਲ ਹੋਣਗੇ, ਠੀਕ ਠੀਕ ਹੈ। ਹੈ, ਉਹਨਾਂ ਨੇ ਜਾਂ ਉਸ ਟਾਈਮ ਪਲਾਨ ਬਣ ਗਿਆ ਹੋਵੇ ਕਿ ਚਲੋ ਯਾਰ ਇੱਕ ਸਾਡਾ ਸਾਡੀ ਸਾਊਥ ਸਾਈਡ ਪਲਾਂਟ ਲੱਗਿਆ ਇੱਕ ਹੋਇਆ, ਪਲਾਂਟ ਹੈ ਚੇਨਈ ਦੇ, ਜਾਂ ਉਸ ਸਾਈਡ ਇੱਕ ਪਲਾਂਟ ਹੈ, ਚਲੋ ਇੱਕ ਨਾਰਥ ਇੰਡੀਆ ਦੇ ਵਿੱਚ ਇੱਕ ਪਲਾਂਟ ਲਗਾ ਲਾਂਗੇ ਬੈਟਰਮੈਂਟ ਵਾਸਤੇ, ਜਾਂ ਕੋਈ ਪਾਰਟ ਬਣਾ ਲਾਂਗੇ, ਜਾਂ ਕੋਈ ਅਸੈਂਬਲੀ ਕਰ ਲਾਂਗੇ, ਜਾਂ ਕੁਝ ਵੀ ਹੋ ਮਤਲਬ ਸਕਦਾ। ਕੋਈ ਨਾ ਕੋਈ ਗੱਲ ਹੋਈ ਹੋਣੀ ਤਾਂ ਹੀ ਉਹਨਾਂ ਨੇ ਕਿਹਾ ਹਾਂ, ਹੋਣਾ। ਸੋ ਉਹਨਾਂ ਨੇ ਕਿਹਾ ਹੋਣਾ ਕਿ ਹਾਂਜੀ ਅਸੀਂ ਇਛੁੱਕ ਹਾਂ, ਅਸੀਂ ਕਰਾਂਗੇ, ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਹੁਣ ਉਹ ਪਲਾਨ ਜ਼ਰੂਰੀ ਨਹੀਂ ਹੈ ਕਿ ਹੁਣ ਉਸ ਤੋਂ ਬਾਅਦ ਕੀ ਹੋਇਆ, ਉਹੀ ਚੀਜ਼ ਉਹਨੂੰ ਹਾਂ ਮੰਨ ਕੇ ਮਾਨ ਸਾਹਿਬ ਨੇ ਸਾਰਿਆਂ ਨਾਲ ਸ਼ੇਅਰ ਕਰਤਾ, ਠੀਕ ਹੈ। ਲੇਕਿਨ ਜਦੋਂ BMW ਇੰਡੀਆ ਦੇ ਹੈੱਡਕੁਆਰਟਰ, ਇੰਡੀਆ ਦੇ ਉਹਦੇ ਚ ਆਫਿਸ ਦੇ ਪੁੱਛਿਆ ਗਿਆ, ਉਹਨਾਂ ਨੇ ਕਿਹਾ ਜੀ ਸਾਡਾ ਕੋਈ ਪਲਾਨ ਨਹੀਂ ਹੈ। ਮੇ ਵੀ ਉਹਨਾਂ ਕੋਲੇ ਇਸ ਪ੍ਰਤੀ ਜਾਣਕਾਰੀ ਨਾ ਬਿਲਕੁਲ। ਹੋਵੇ। ਦੇਖੋ, ਇੱਕ ਤਾਂ ਹੈੱਡਕੁਆਰਟਰ ਦੇ ਵਿੱਚ ਕੀ ਹੋਇਆ ਔਰ ਉਹਨਾਂ ਨੇ ਆਗੇ ਕਨਵੇ ਕੀਤਾ ਨਹੀਂ ਕੀਤਾ, ਉਹ ਇੱਕ ਅਲੱਗ ਗੱਲ ਹੈ। ਦੂਸਰੀ ਗੱਲ, ਬਿਲਕੁਲ ਉਹ ਕਨਵੇ ਉਦੋਂ ਕਰਨਗੇ ਜਦੋਂ ਉਹਨਾਂ ਦਾ ਕੋਈ ਪਲਾਨ ਸਿਰੇ ਚੜੂਗਾ, ਫਾਈਨਲਾਈਜ਼ ਹੋ ਜੂਗਾ। ਬਿਲਕੁਲ, ਕਿਉਂਕਿ ਹਾਲੇ ਤਾਂ MOU ਵੀ ਸਾਈਨ ਨਹੀਂ ਹੋਇਆ, ਜਾਂ ਤਾਂ ਉਹਨਾਂ ਨੇ ਕਿਹਾ ਹੋਣਾ ਕਿ ਅਸੀਂ MOU ਸਾਈਨ ਕਰ ਲਿਆ, ਫਿਰ ਇੰਡੀਆ ਇੰਡੀਆ BMW ਕਹਿੰਦੀ ਕਿ ਜੀ ਸਾਡਾ ਨਹੀਂ ਪਲਾਨ ਹੈਗਾ, ਫਿਰ ਇੱਕ ਦਿੱਕਤ ਆ ਸਕਦੀ ਸੀ। MOU ਦਾ ਸਾਈਨ ਹੋਇਆ ਨਹੀਂ, ਨਾਲੇ MOU ਦਾ ਮਤਲਬ ਹੁੰਦਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਨਾ ਕਿ ਅਸੀਂ ਪੱਕਾ ਆਣਾ ਹੀ ਆਣਾ, ਕਿਉਂਕਿ ਬਹੁਤ ਇਹ ਜਿਹੇ MOU ਹੁੰਦੇ ਨੇ ਜਿਹੜੇ ਨਹੀਂ ਸਿਰੇ ਚੜਦੇ ਔਰ ਫੈਕਟਰੀਜ਼ ਨਹੀਂ ਲੱਗਦੀਆਂ, ਕਿਉਂਕਿ ਇਹ ਜੇ ਬਹੁਤ ਪਾਸ ਦੇ ਵਿੱਚ ਦੇਖੋਗੇ ਬੜੇ MOUs ਇੰਡੀਆ ਨੇ ਸਾਈਨ ਕੀਤੇ, ਠੀਕ ਹੈ, ਅਲੱਗ ਅਲੱਗ ਸਟੇਟ
ਸਟੇਟ ਗਵਰਨਮੈਂਟ ਹੁੰਦੀ ਹੈ, ਜਿਹੜੀ ਲੋਕ ਗਵਰਨਮੈਂਟ ਹੁੰਦੀ ਹੈ ਉਹ ਕਹਿੰਦੀ ਹਾਂ ਜਾਂ ਨਾ ਕਰਦੀ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਮੈਂ ਇੱਕ ਚੀਜ਼ ਹੋਰ ਦੱਸ ਸਕਦਾ ਕਿ ਹੋ ਸਕਦਾ ਜਿਹੜਾ BMW ਇੰਡੀਆ ਹੈ ਉਹਨੇ ਕਿਸੇ ਦਬਾਵ ਦੇ ਵਿੱਚ ਨਾ ਕੀਤੀ ਹੋਵੇ। ਅੱਛਾ, ਜਾਂ ਉਹ ਦਬਾਵ ਦੇ ਅੰਡਰ ਹੋਣ ਕਿ ਚੇਨਈ ਦੇ ਵਿੱਚ ਪਲਾਂਟ ਹੈ, ਅਸੀਂ ਜੇ ਕੋਈ ਅਗਲਾ ਪਲਾਂਟ ਲਾਣਾ ਕਿ ਸਾਨੂੰ ਚੇਨਈ ਦੀ ਸਰਕਾਰ ਕਰੀ, ਨਹੀਂ ਤੁਸੀਂ ਇੱਥੇ ਹੀ ਲਾਓ, ਜਾਂ ਕੋਈ ਜਾਂ ਬੀਜੇਪੀ ਜਿਹੜੀ ਸੈਂਟਰ 'ਚ ਸਰਕਾਰ ਬੈਠੀ ਹੈ, ਕਿਉਂਕਿ ਜਿਹੜੀ ਪਰਮਿਸ਼ਨ ਹੈ, ਜਿਹੜੀ ਫੋਰਨ ਇਨਵੈਸਟਮੈਂਟ ਦੀ ਪਰਮਿਸ਼ਨ ਹੈ, ਉਹ ਸੈਂਟਰ ਗਵਰਨਮੈਂਟ ਨੇ ਦੇਣੀ ਹੁੰਦੀ ਹੈ। ਵਿਦੇਸ਼ ਮੰਤਰਾਲੇ ਜਾਂ ਆਪਣਾ ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਜਿਹੜਾ ਸੈਂਟਰ ਦਾ, ਉਹ ਉਹਨਾਂ ਨੇ ਉਹਦੇ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ। ਪੈਸੇ ਦਾ ਲੈਣ ਦੇਣਾ ਜਾਂ ਹੋਰ ਪੈਸੇ ਦਾ ਲੈਣ ਦੇਣ, ਜਿਹੜਾ ਬਾਹਰੋਂ ਪੈਸਾ ਆਣਾ ਉਹਨੇ ਆ ਕੇ ਕਨਵਰਟ ਕਰਨਗੇ ਪਹਿਲਾਂ ਉਹ ਪਰਮਿਸ਼ਨਸ ਹੋਰ ਜਿਹੜੀਆਂ ਲੈਣੀ ਹੁੰਦੀ ਹੈ, ਹੋਰ ਸਾਰੀ ਪਰਮਿਸ਼ਨਸ ਉਹ ਵਿਦੇਸ਼ ਮੰਤਰਾਲੇ ਜਾਂ ਸੈਂਟਰ ਸਰਕਾਰ ਨੇ ਜਾਂ ਫਾਈਨੈਂਸ ਮਿਨਿਸਟਰੀ ਨੇ ਦੇਣੀ ਹੁੰਦੀਆਂ ਨੇ। ਠੀਕ ਹੈ ਠੀਕ ਹੈ, ਕਈ ਮੰਤਰਾਲੇ ਵਿੱਚ ਹੁੰਦੇ ਨੇ, ਉਹਨਾਂ ਨੇ ਦੇਣੀ ਹੁੰਦੀ ਹੈ। ਹੁਣ ਪਰਮਿਸ਼ਨ ਉਹਨਾਂ ਤੋਂ ਲੈਣੀ ਹੈ। ਹੁਣ ਨਾਲੇ ਇੱਕ ਗੱਲ ਹੋਰ ਹੈ, BMW ਪਲਾਂਟ ਲਗਾਏਗਾ ਪੰਜਾਬ ਦੇ ਵਿੱਚ ਆ ਕੇ, ਉਸ ਤੋਂ ਪਹਿਲਾਂ ਬਹੁਤ ਆਪਸ਼ਨਸ ਹੋਰ ਖੁੱਲੀਆਂ ਹੋਈਆਂ ਨੇ। ਮਹਾਰਾਸ਼ਟਰ ਹੈ, ਗੁਜਰਾਤ ਹੈ ਜਿੱਥੇ ਸਾਰਾ ਵੱਧ ਆਟੋ ਇੰਡਸਟਰੀ ਹੈ, ਹੋਰ ਬਹੁਤ ਤਾਮਿਲਨਾਡੂ ਹੋ ਗਈ, ਆਂਧਰਾ ਪ੍ਰਦੇਸ਼ ਹੋ ਗਿਆ, ਬਹੁਤ ਏਰੀਆ ਸਟੇਟਸ ਨੇ। ਅਗਲੇ ਕਹਿੰਦੇ UP 'ਚ ਆ ਕੇ ਲਗਾਓ, ਬਿਹਾਰ 'ਚ ਆ ਕੇ ਲਗਾਓ, ਜਾਂ ਕੋਈ ਜਿਹੜੀ ਇਹ ਜਿਹੀ ਸਟੇਟ 'ਚ ਲਗਾਓ ਜਿੱਥੇ ਸਾਡੀ BJP ਦੀ ਸਰਕਾਰ ਹੈ, ਇਹ ਵੀ ਹੋ ਸਕਦਾ ਹੈ। ਇਸ ਕਰਕੇ ਉਹ ਹਾਮੀ ਭਰਨ ਜ਼ਰੂਰੀ ਨਹੀਂ ਹੈ, ਜਾਂ ਕਿਸੇ ਦਬਾਅ ਹੇਠ ਜਾ ਕੇ ਕਹਿਣਗੇ ਜੀ ਅਸੀਂ ਹੁਣੇ ਹਾਂ ਕਰ ਦਈਏ, ਹਲੇ ਪਲਾਂਟ ਲੱਗਿਆ ਨਹੀਂ, ਪਤਾ ਨਹੀਂ ਲੱਗੂਗਾ ਕਿ ਨਹੀਂ ਲੱਗੂਗਾ, ਪਤਾ ਨਹੀਂ MOU ਹਲੇ ਸਾਈਨ ਹੋਊਗਾ ਕਿ ਨਹੀਂ ਹੋਊਗਾ, ਤੇ ਅਸੀਂ ਪਹਿਲਾਂ ਹੀ ਹਾਂ ਕਰ ਦਈਏ ਤੇ ਪਹਿਲੇ ਰਿਡਾਰ ਦੇ ਅੰਡਰ ਆ ਜਾਈਏ। ਇਹ ਐਕਚੁਅਲੀ ਉਹਨਾਂ ਨੇ ਮਤਲਬ ਜਿਹੜਾ ਹੈਗਾ ਕੋਰਾ ਨਾ ਵੀ ਉਹ ਮਤਲਬ ਗੱਲ ਨੂੰ ਘੁਮਾ ਕੇ ਵੀ ਕਹਿ ਸਕਦੇ ਜੀ ਸਾਡੀ ਜਾਣਕਾਰੀ 'ਚ ਹਜੇ ਹੈ ਨੀਗਾ ਵੀ ਹਾਇਰ ਅਥਾਰਟੀ ਦੀ ਗੱਲ ਚੱਲ ਰਹੀ ਹੈ। ਉਹਨਾਂ ਨੇ ਕੀ ਐਕਚੁਅਲ ਬਿਆਨ ਦਿੱਤਾ ਇਹ ਤਾਂ ਪਤਾ ਨਹੀਂ, ਪਰ ਜੋ ਮੈਨੂੰ ਜਿੰਨਾ ਕੁ ਮੈਨੂੰ ਸੁਣਨ 'ਚ ਆਇਆ ਜਾਂ ਜਿੰਨਾ ਕੁ ਮੈਨੂੰ ਪਤਾ ਲੱਗਿਆ, ਉਹਨਾਂ ਨੇ ਇਹ ਗੱਲ ਕਹੀ ਹੈ ਤੇ ਮਤਲਬ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਫਿਲਹਾਲ ਸਾਡਾ ਇੰਡੀਆ ਦੇ ਵਿੱਚ ਕਾਰ ਆਟੋਮੋਬਾਈਲ ਕਾਰ ਬਣਾਉਣ ਦਾ ਹੋਰ ਪਲਾਂਟ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ, ਲੇਕਿਨ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਟੋਮੋਬਾਈਲ ਦਾ ਪਲਾਂਟ ਲਾਣਾ, ਕੋਈ ਸਪੇਅਰ ਪਾਰਟ ਬਣਾਉਣ ਦਾ ਵੀ ਪਲਾਂਟ ਹੋ ਸਕਦਾ। ਪਰ BMW ਦਾ BMW ਦਾ ਹੋ ਸਕਦਾ ਜੀ, ਹੁਣ ਟਾਟਾ ਸਟੀਲ ਦਾ ਪਲਾਂਟ, ਟਾਟਾ ਮੋਟਰਸ ਦਾ ਪਲਾਂਟ, ਠੀਕ ਹੈ ਠੀਕ ਹੈ, ਟਾਟਾ ਪਾਵਰ ਦਾ ਪਲਾਂਟ, ਟਾਟਾ ਕੈਮੀਕਲਸ ਦਾ ਪਲਾਂਟ, ਇਹ ਸਾਰੀਆਂ ਅਲੱਗ ਅਲੱਗ ਕੰਪਨੀਆਂ ਨੇ, ਗਰੁੱਪ ਟਾਟਾ ਹੈ ਬਿਲਕੁਲ, ਲੇਕਿਨ ਕੰਪਨੀਜ਼ ਅਲੱਗ ਅਲੱਗ ਹੈ, ਕਿਹੜੀ ਚੀਜ਼ ਦਾ ਪਲਾਂਟ ਲੱਗਣਾ ਇੱਕ ਅਲੱਗ ਗੱਲ ਹੈ। ਹੁਣ ਪੰਜਾਬ ਦੇ ਵਿੱਚ ਅਗਰ ਟਾਟਾ ਸਟੀਲ ਦਾ ਪਲਾਂਟ ਲੱਗ ਰਿਹਾ ਹੈ ਜਿਹੜਾ MOU ਸਾਈਨ ਹੋਇਆ, ਹੁਣ ਜਾ ਕੇ ਤੁਸੀਂ ਟਾਟਾ ਪਾਵਰ ਜਾਂ ਟਾਟਾ ਕੈਮੀਕਲ ਕਹੋਗੇ ਤੁਸੀਂ ਪਲਾਂਟ ਲਾਇਓ, ਕਹਿੰਦੇ ਨਹੀਂ ਸਸਤਾ ਪਲਾਂਟ ਲਗਾਈ ਨਹੀਂ ਦੇ, ਕਿਉਂਕਿ ਐਕਚੁਅਲ ਔਰ ਤੁਸੀਂ ਕਹੋਗੇ ਟਾਟਾ ਨੇ ਮਨਾ ਕਰਤਾ, ਟਾਟਾ ਨੇ ਮਨਾ ਨਹੀਂ ਕੀਤਾ ਜੀ। ਦੇਖੋ ਟਾਟਾ ਇੱਕ ਗਰੁੱਪ ਹੈ, ਟਾਟਾ ਗਰੁੱਪ ਔਰ ਟਾਟਾ ਸਟੀਲ ਦੀ 'ਚ ਫਰਕ ਹੈ, ਟਾਟਾ ਗਰੁੱਪ, ਟਾਟਾ ਸਟੀਲ, ਟਾਟਾ ਪਾਵਰ ਅਲੱਗ ਅਲੱਗ ਕੰਪਨੀ। BMW ਦਾ ਕਿਹੜਾ ਸੈਕਸ਼ਨ ਆ ਰਿਹਾ? ਹਾਂ ਇਹ ਵੀ ਕੀ, ਕਿਉਂਕਿ ਜੋ ਜਿੰਨਾ ਕੁ ਮੈਨੂੰ ਪਤਾ ਲੱਗੇ ਕਿ ਭਗਵੰਤ ਮਾਨ ਸਾਹਿਬ ਨੇ ਜਦੋਂ ਇਹ ਰੌਲਾ ਇਹ ਗੱਲ ਹੋਈ ਸੀ ਤੇ ਆਇਆ ਸੀ ਕਿ ਜੀ ਅਸੀਂ ਪੁਰਜੇ ਬਣਾਵਾਂਗੇ, ਉਹ ਕਿਸ ਚੀਜ਼ ਦੇ ਪੁਰਜੇ ਬਣਾਉਣਗੇ, ਪਹਿਲੀ ਚੀਜ਼। ਦੂਸਰੀ ਚੀਜ਼, ਮੈਂ ਜਿਵੇਂ ਮੈਂ ਤੁਹਾਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਟਾਟਾ ਸਟੀਲ ਦੇ ਆਉਣ ਨਾਲ ਬਹੁਤ ਚੀਜ਼ਾਂ ਖੁੱਲਣਗੀਆਂ। ਬਿਲਕੁਲ, ਦੇਖੋ ਅਗਰ ਕੋਈ ਚੀਜ਼ ਤੁਸੀਂ ਬਣਾਉਣੀ ਹੁੰਦੀ ਵਾਸਤੇ ਸਟੀਲ ਚਾਹੀਦਾ, ਔਰ ਅਗਰ ਸਟੀਲ ਦਾ ਪਲਾਂਟ ਨੇੜੇ ਹੋਊਗਾ, ਮਾਲ ਸਸਤਾ ਮਿਲੂਗਾ, ਟਰਾਂਸਪੋਰਟੇਸ਼ਨ ਘੱਟ ਮਿਲੂਗੀ, ਜੋ ਘੱਟ ਹੋਊਗੀ ਮਾਲ ਛੇਤੀ ਆਊਗਾ, ਉਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਬਣੂਗਾ ਉਹਦੇ ਨਾਲ ਬਹੁਤ ਫਾਇਦਾ ਹੁੰਦਾ। ਅਗਰ ਟਾਟਾ ਸਟੀਲ ਆਊਗੀ ਤਾਂ ਇਹ ਜਿਹਾ ਬਹੁਤ ਕੁਝ ਆ ਸਕਦਾ। ਮਤਲਬ ਕੁੱਲ ਮਿਲਾ ਕੇ ਆਪਾਂ ਜੇ ਸੋਚੀਏ ਪੋਜ਼ਿਟਿਵ ਪਾਸੇ ਸੋਚੀਏ ਤਾਂ ਭਗਵੰਤ ਮਾਨ ਸਾਹਿਬ ਟ੍ਰਾਈ ਤਾਂ ਕਰ ਰਹੇ ਆ ਨਾ। ਹਾਂ ਦੇਖੋ, ਇਹਨਾਂ ਨੂੰ ਇਸ ਚੀਜ਼ ਨੂੰ ਤੁਸੀਂ ਦੋਨੇ ਪਾਸੇ ਲੈ ਸਕਦੇ ਹੋ। ਇੱਕ ਕਿ ਉਹ ਨਿੱਕਰ ਵਾਂਗੂ ਰੋਲਾ ਨਾ ਪਾਈਏ, ਠੀਕ ਹੈ, ਕਿ ਭਗਵੰਤ ਮਾਨ ਸਾਹਿਬ ਆਰਾਮ ਨਾਲ ਠਰਮੇ ਨਾਲ ਕਹਿੰਦੇ ਜਾਂ ਇੰਨੀ ਸ਼ੋਰਟ ਇਹ ਕਹਿੰਦੇ ਕਿ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਅਸੀਂ ਸੋਚ ਰਹੇ ਹਾਂ ਅਗਲੀ ਮੀਟਿੰਗ ਅਸੀਂ ਜਨਵਰੀ ਜਾਂ ਜਿਹੜੀ ਵੀ ਉਹਨਾਂ ਨੇ ਡੇਟ ਰੱਖੀ ਹੈ 11 ਜਨਵਰੀ ਸ਼ਾਇਦ ਕੋਈ ਡੇਟ, ਕੋਈ ਇਹ ਜਿਹੀ ਇਸ ਤਰ੍ਹਾਂ ਦੀ ਕੋਈ ਡੇਟ ਰੱਖੀ ਹੈ ਜਿਹਦੇ 'ਚ ਅਗਲੀ ਮੀਟਿੰਗ ਹੋਣ ਦੀ ਕੋਈ ਸੰਭਾਵਨਾ ਹੈ, ਜੋ ਕਹਿੰਦੇ ਕਿ ਹਾਂਜੀ ਮੇਰੀ ਗੱਲ ਹੋਈ ਹੈ, ਉਹ ਇੱਛੁਕ ਨੇ ਅਗਲੀ ਮੀਟਿੰਗ ਉਦੋਂ ਹੋਊਗੀ, ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਇੱਥੇ ਪਲਾਂਟ ਲਿਆ ਸਕਾਂਗੇ। ਠੀਕ ਹੈ, ਮਤਲਬ ਉਹਨਾਂ ਦੀ ਕੋਸ਼ਿਸ਼ ਇਹ ਸੀ ਵੀ ਮੈਂ ਜੇ ਬਾਹਰ ਆਇਆ ਕੰਪਨੀਆਂ ਨਾਲ ਗੱਲ ਕਰਨ ਵਾਸਤੇ ਆਏ ਤਾਂ ਜੋ ਵੀ ਮੇਰੀ ਗੱਲਬਾਤ ਹੁੰਦੀ ਹੈ ਮੈਂ ਡੇਲੀ ਅਪਡੇਟ ਪੰਜਾਬ ਦੀ ਜਨਤਾ ਨੂੰ ਦਵਾਂ, ਕਿਉਂਕਿ ਉਹ ਕਹਿੰਦੇ ਵੀ ਮੇਰਾ ਜਿਹੜਾ ਜਵਾਬਦੇਹੀ ਹੈ ਉਹ ਪੰਜਾਬ ਦੀ ਜਨਤਾ ਨੂੰ ਹੈ। ਬਿਲਕੁਲ, ਲੇਕਿਨ ਉਹਦੇ ਵਿੱਚ ਕਹਿੰਦੇ ਨਾ ਕਿ ਇੱਕ CM ਜਿਹੜਾ ਹੁੰਦਾ ਹੈ, ਠੀਕ ਹੈ, ਉਹਨੂੰ ਬਹੁਤ ਚੀਜ਼ਾਂ ਧਿਆਨ ਨਾਲ ਕਰਨੀਆਂ ਚਾਹੀਦੀਆਂ, ਫਿਰ ਓਲਾ ਵੀ ਰੱਖਣਾ ਪੈਂਦਾ, ਕਿਸੇ ਓਲਾ ਵੀ ਰੱਖਣਾ ਪੈਂਦਾ। ਫਿਰ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦੇਖੋ, ਅਗਰ ਤੁਸੀਂ ਐਂ ਕਰ ਦੋਗੇ ਤਾਂ ਤੁਸੀਂ ਕਲੀਅਰ ਕਰਤਾ ਕਿ BMW ਆਉਣਾ ਚਾਹੁੰਦੀ ਹੈ, ਆਉਣਾ ਚਾਹੁੰਦੀ ਹੈ ਪੰਜਾਬ 'ਚ ਆਉਣਾ ਚਾਹੁੰਦੀ ਹੈ, ਲੇਕਿਨ ਉਹਨੇ ਪਰਮਿਸ਼ਨ ਕਿੱਥੋਂ ਲੈਣੀ ਹੈ? ਸੈਂਟਰਲ ਗਵਰਨਮੈਂਟ। ਫਿਰ ਤੁਸੀਂ ਜਿਹੜੇ ਅਗਲੇ 5-6-7 ਮਹੀਨੇ ਜਦੋਂ ਵੀ ਜਿੰਨੇ ਦਾ ਵੀ ਟਾਈਮ ਹੈ, ਜਦੋਂ ਉਹਨਾਂ ਨੇ ਜਨਵਰੀ ਫਰਵਰੀ ਜਦੋਂ ਵੀ ਉਹਨਾਂ ਦੀ ਗੱਲ ਹੋਈ ਹੈ, ਜਦੋਂ ਜਾਂ ਦਸੰਬਰ ਜਦੋਂ ਵੀ ਉਹਨਾਂ ਨੇ ਆਉਣਾ ਅਗਲੀ, ਉਸ ਮੀਟਿੰਗ ਦੇ ਵਿੱਚ ਕਿੰਨੇ ਹੋਰ ਲੋਕ ਨੇ ਜਿਹੜੇ ਉਹਨਾਂ ਨੂੰ ਅਪਰੋਚ ਕਰਨਗੇ, ਕਿੰਨੇ ਲੋਕ ਨੇ ਜਿਹੜੇ ਭਾਨੀ ਮਾਰਨਗੇ। ਬਿਲਕੁਲ ਬਿਲਕੁਲ, ਇਹ ਚੀਜ਼ਾਂ ਫਰਕ ਪੈਂਦਾ, ਅਪਰੋਚ ਕੀਤਾ ਜਾਊਗਾ, ਭਾਨੀ ਮਾਰੀ ਜਾਊਗੀ, ਸਾਰਾ ਕੁਝ ਕੀਤਾ ਜਾਊਗਾ। ਇਸ ਕਰਕੇ ਕਈ ਚੀਜ਼ਾਂ ਚੁੱਪ ਚਪੀਤੇ ਕਰ ਦੇਣੀਆਂ ਚਾਹੀਦੀਆਂ। ਅੱਛਾ, ਤੁਸੀਂ MOU ਸਾਈਨ ਕੀਤਾ, ਫਿਰ ਦੱਸੋ ਧੜੱਲੇ ਨਾਲ ਕਿ ਜੀ MOU ਸਾਈਨ ਹੋ ਗਿਆ, ਇਹ ਸਾਈਨ ਹੋ ਗਿਆ,
ਤੇ ਇਧਰੋਂ ਕੇਜਰੀਵਾਲ ਸਾਹਿਬ ਨੇ 92 ਦੇ 92 ਮੰਤਰੀ ਜਿਹੜੇ ਹੈਗੇ ਆ ਉਹ ਸੱਦ ਲਏ ਦਿੱਲੀ 'ਚ, ਕਹਿੰਦੇ ਵੀ ਮੈਂ ਮੀਟਿੰਗ ਕਰਨੀ ਸਾਰਿਆਂ ਨਾਲ। ਤੇ ਉਹ ਇਹ ਵਿਚਲੀ ਕਹਾਣੀ ਕੀ ਆ, ਮਤਲਬ ਕੇਜਰੀਵਾਲ ਸਾਹਿਬ ਇਕੱਲੇ ਪੰਜਾਬ 'ਚ ਆ ਕੇ ਵੀ ਮੀਟਿੰਗ ਕਰ ਸਕਦੇ ਸੀ, ਇੱਥੋਂ ਹੁਣ 92 ਦੇ 92 ਦੀਆਂ ਗੱਡੀਆਂ ਟੀ ਟੀ ਕਰਦੀਆਂ ਜਾਣਗੀਆਂ ਦਿੱਲੀ, ਕਿੰਨਾ ਖਰਚਾ ਹੋਊਗਾ, ਹੋ ਸਕਦਾ ਆਮ ਪੰਜਾਬ ਦੀ ਜਨਤਾ ਦੇ ਪਊਗਾ ਜਾਂ ਪੰਜਾਬ ਦੇ ਖਜ਼ਾਨੇ ਤੇ ਪਊਗਾ ਜਾਂ ਉਹਨਾਂ ਦਾ ਆਪਦਾ ਪਰਸਨਲ ਪਾਰਟੀ ਲੈਵਲ ਤੇ, ਇਹ ਕੀ ਮਸਲਾ ਹੈ ਜੀ? ਦੇਖੋ ਜੀ, ਜਿਹੜਾ ਆਪਰੇਸ਼ਨ ਲੋਟਸ ਦਾ ਰੌਲਾ ਪੈ ਰਿਹਾ, ਅੱਛਾ ਜਿਹਦੇ ਵਿੱਚ ਇਹ ਕਹਿ ਕੀਤਾ ਜਾ ਰਿਹਾ ਕਿ 25 ਕਰੋੜ 'ਚ ਅਸੀਂ ਖਰੀਦ ਲਾਂਗੇ, ਜਾਂ ਆਫਰ ਦਿੱਤੀ ਜਾ ਰਹੀ ਹੈ ਬੀਜੇਪੀ ਵੱਲੋਂ ਕਿ ਤੁਸੀਂ ਸਾਡੇ ਵੱਲ ਆ ਜਾਓ, ਬੀਜੇਪੀ ਜੁਆਇਨ ਕਰ ਲਓ, ਅਸੀਂ 25 ਕਰੋੜ ਰੁਪਏ ਦੇਵਾਂਗੇ, ਨਹੀਂ ਤਾਂ ਈਡੀ ਦੀ ਰੇਡ ਪਊਗੀ, ਜਿਹੜੀ ਉਹ ਜਿਹੜਾ ਉਹ ਆਪਰੇਸ਼ਨ ਲੋਟਸ ਜਿਹੜਾ ਦਾ ਰੌਲਾ ਬੀਜੇਪੀ ਪੈ ਰਿਹਾ, ਵਾਲੇ ਜਿਵੇਂ ਕਰਦੇ ਆ। ਜੋ ਹਾਂ ਜੋ ਰੌਲਾ ਪੈ ਰਿਹਾ ਅੱਛਾ ਆਪਰੇਸ਼ਨ ਲੋਟਸ ਦਾ, ਉਹਦੇ ਕਰਕੇ ਕਿਹਾ ਜਾ ਰਿਹਾ ਹੈ ਕਿ ਜੀ ਕੇਜਰੀਵਾਲ ਸਾਹਿਬ ਨੇ ਐਮਐਲਏ ਨੂੰ ਦਿੱਲੀ ਬੁਲਾਇਆ। ਅੱਛਾ ਅੱਛਾ ਸੁਣਨ ਦੇ ਵਿੱਚ ਇਹਦੇ ਇਹ ਵੀ ਆਇਆ ਵੀ ਜਿਵੇਂ ਪਹਿਲਾਂ ਕੁਛ ਚਿਰ ਪਹਿਲਾਂ ਭਗਵੰਤ ਮਾਨ ਸਾਹਿਬ ਤੇ ਰਾਘਵ ਚੱਡਾ ਦੀ ਥੋੜੀ ਵੱਟੀ ਖਿੱਚਤਾਣੀ ਹੋ ਗਈ ਸੀ, ਤੂੰ ਤੋਂ ਮੈਂ ਹੋ ਗਈ ਸੀਗੀ, ਬਿਲਕੁਲ ਤੇ ਹੁਣ ਕਹਿੰਦੇ ਵੀ ਆਪਣੇ ਸੀਐਮ ਸਾਹਿਬ ਤੇ ਕੇਜਰੀਵਾਲ ਸਾਹਿਬ ਦੀ ਵੀ ਥੋੜੀ ਬਹੁਤ ਚੱਲ ਰਹੀ ਹੈ ਵੀ ਹੋ ਸਕਦਾ ਨਾਰਾਜ਼ਗੀ ਹੈ, ਜਾਂ ਕਹਿੰਦੇ ਭਗਵੰਤ ਮਾਨ, ਮਤਲਬ ਸੋਸ਼ਲ ਮੀਡੀਆ ਤੇ ਜਿਹੜਾ ਕੁਛ ਚੱਲ ਰਿਹਾ ਹੈਗਾ ਕਿ ਭਗਵੰਤ ਮਾਨ ਤੋਂ ਸਰਕਾਰ ਸੰਭਲ ਨਹੀਂ ਰਹੇਗੀ, ਉਹਨੂੰ ਲਾ ਦਾਂਗੇ ਜਾਂ ਤੇਰੇ ਬੰਦੇ ਤੇਰੇ ਤੋਂ ਸਮਝਦੇ ਨਹੀਂਗੇ ਵੀ ਮੈਂ ਸਾਰਿਆਂ ਨੂੰ ਬੁਲਾਉਣਾ ਉੱਥੇ, ਇਹ ਕੀ ਰੌਲਾ, ਇਦਾਂ ਵੀ ਹੋ ਸਕਦਾ? ਦੇਖੋ ਹੁਣ ਕੀ ਹੈ, ਇੱਕ ਤਾਂ ਜਿਹੜਾ ਕਿਆ ਤਾਂ ਆਪਰੇਸ਼ਨ ਲੋਟਸ ਕਰਕੇ ਜਾ ਰਿਹਾ ਕਿ ਉਹਨਾਂ ਨੂੰ ਬੁਲਾਇਆ ਗਿਆ, ਕੁਝ ਚੀਜ਼ਾਂ ਕਲੀਅਰ ਕਰ ਦੇਣਾ। ਦੇਖੋ ਜੀ, ਇੱਕ ਪ੍ਰੋਗਰਾਮ ਹੈ ਪਾਰਟੀ ਦਾ, ਇਹ ਅੱਛਾ ਸਰਕਾਰ ਦਾ ਪ੍ਰੋਗਰਾਮ, ਠੀਕ ਹੈ ਜਦੋਂ ਉਹਨਾਂ ਨੇ ਬੁਲਾਇਆ ਉਹ ਸੁਪਰੀਮੋ ਹੈ, ਠੀਕ ਠੀਕ ਹੈ ਹੈ, ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਆਪਦੇ ਲੀਡਰਸ ਨੂੰ ਬੁਲਾਇਆ, ਹਾਂਜੀ ਠੀਕ ਆਪਦੇ ਹੈ, ਪਾਰਟੀ ਦੇ ਬੰਦਿਆਂ ਨੂੰ ਬੁਲਾਇਆ, ਇਹ ਪਾਰਟੀ ਦਾ ਪ੍ਰੋਗਰਾਮ ਹੈ, ਇਹ ਅੱਛਾ ਪੰਜਾਬ ਗਵਰਨਮੈਂਟ ਜਾਂ ਦਿੱਲੀ ਗਵਰਨਮੈਂਟ ਦਾ ਪ੍ਰੋਗਰਾਮ ਨਹੀਂ ਹੈ। ਪਹਿਲੀ ਗੱਲ, ਇੱਕ ਸੁਪਰੀਮੋ ਉਹ ਬੁਲਾ ਸਕਦਾ, ਅੱਛਾ ਠੀਕ ਹੈ, ਉਹ ਠੀਕ ਹੈ, ਆਪਦੇ ਪਾਰਟੀ ਦੇ ਜਿਹੜੇ ਇਲੈਕਟਿਡ ਮੈਂਬਰਸ ਹੈ ਉਹਨਾਂ ਨੂੰ ਬੁਲਾ ਸਕਦਾ ਹੈ। ਯਾਨੀ ਖਰਚਾ ਪਾਰਟੀ ਦਾ ਹੈ? ਹਾਂ, ਖਰਚਾ ਪਾਰਟੀ ਦਾ ਹੀ ਹੋਊਗਾ ਜੀ, ਮੇਰੇ ਖਿਆਲ ਨਾਲ ਤਾਂ, ਮੇਰੇ ਅੱਛਾ, ਹਿਸਾਬ ਨਾਲ ਤਾਂ ਉਹੀ ਹੋਣਾ ਚਾਹੀਦਾ, ਕਿਉਂਕਿ ਹੋਰ ਪਰ ਤਾਂ ਜਿਵੇਂ ਕੋਈ, ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਵੀ ਉੱਥੇ ਜਾ ਕੇ ਸ਼ਿਮਲੇ ਜਾ ਵੜੇ ਜਾਂ ਦਿੱਲੀ ਜਾ ਵੜੇ ਜਾਂ ਬੰਬੇ ਜਾ ਵੜੇ, ਸਾਰਾ ਖਰਚਾ ਪੰਜਾਬ ਸਰਕਾਰ ਤੇ ਹੀ ਦੇਖੋ ਪੈਂਦਾ। ਅਲੱਗ ਅਲੱਗ ਚੀਜ਼ਾਂ ਹੁੰਦੀਆਂ ਨੇ, ਇਹ ਇਹ ਪਾਰਟੀ ਦਾ ਖਰਚਾ, ਇਹ ਪਾਰਟੀ ਦਾ ਪ੍ਰੋਗਰਾਮ, ਅੱਛਾ ਖਰਚਾ ਮੈਨੂੰ ਦੇਖੋ ਜੀ, ਉਹਨੂੰ ਹਿਸਾਬ ਤਾਂ ਲਿਖ ਕੇ ਆਪਾਂ ਨੂੰ ਦੇਣਗੇ ਨਹੀਂ, ਪਰ ਇਹ ਪਾਰਟੀ ਦਾ ਪ੍ਰੋਗਰਾਮ ਹੈ, ਖਰਚਾ ਪਾਰਟੀ ਦਾ ਹੀ ਹੋਣਾ ਮੈਂ ਚਾਹੀਦਾ। ਤਾਂ ਸੁਣੀ ਸੁਣਾਈ ਗੱਲ ਕਰ ਰਿਹਾ ਵੀ ਜਿਵੇਂ ਪਹਿਲਾਂ ਸੋਸ਼ਲ ਮੀਡੀਆ ਹੁੰਦੇ ਵੀ ਬਾਹਰ ਜੇ ਪਹਿਲਾਂ ਵਾਲੀਆਂ ਪਾਰਟੀਆਂ ਵਾਲੀ ਜੇ ਬਾਹਰ ਵੀ ਜਾਂਦੇ ਸੀ ਕੋਈ ਆਪਦਾ ਇਲਾਜ ਕਰਾਉਣਾ ਤੇ ਉਹਦਾ ਵੀ ਜਿਹੜਾ ਸਾਰਾ ਖਰਚਾ ਪੰਜਾਬ ਸਰਕਾਰ ਦੇਖੋ ਤੇ ਲੱਗਦਾ ਇਲਾਜ ਵੀ ਕਰਾ, ਪੈਂਦਾ ਸੀਗਾ। ਇਲਾਜ ਕਰਾਉਣ ਬਾਹਰ ਜਾਣਾ ਹੋ ਤੁਸੀਂ ਇਲੈਕਟਿਡ ਮੈਂਬਰ ਹੋ ਤਾਂ ਤਾਂ ਕਿਉਂਕਿ ਤੁਸੀਂ ਸੀਟ ਤੇ ਤੁਹਾਨੂੰ ਪੈਸੇ ਮਿਲਣਗੇ, ਉਹ ਤਾਂ ਹਰੇਕ ਸਰਕਾਰੀ ਮੁਲਾਜ਼ਮ ਘੁੰਮਣ ਨੂੰ ਵੀ ਮਿਲਦਾ। ਜਾਂਦੇ ਸੀ, ਚਲੋ ਆਪਾਂ ਵਾਪਸ ਹਾਂ ਮੁੱਦੇ ਤੇ ਆਈਏ, ਜੋ ਵੀ ਹੈ ਠੀਕ ਹੈ, ਹੁੰਦਾ ਸੀ ਯਾਨੀ ਬਹੁਤ ਕੁੱਲ ਕੁਝ ਮਿਲਾ ਹੁੰਦਾ ਕੇ ਸੀ ਇਹਦਾ ਜਿਹੜਾ ਖਰਚਾ ਉਹ ਪਾਰਟੀ ਦੀ ਆਪਦੀ ਮੀਟਿੰਗ ਦੀ ਹੁਣ, ਹੈ। ਹਾਂਜੀ, ਜੋ ਮੈਨੂੰ ਉਮੀਦ ਹੈ ਕਿ ਪਾਰਟੀ ਦਾ, ਕਿਉਂਕਿ ਪਾਰਟੀ ਦਾ ਹੀ ਪ੍ਰੋਗਰਾਮ ਹੈ ਤਾਂ ਉਮੀਦ ਹੈ ਕਿ ਪਾਰਟੀ ਦਾ ਹੀ ਖਰਚਾ ਹੋ, ਅੱਛਾ ਠੀਕ ਹੈ, ਜਾਂ ਉਹਨਾਂ ਦਾ ਪਰਸਨਲ ਖਰਚਾ ਹੋਊਗਾ ਜੋ ਵੀ ਹੈ। ਹੁਣ ਰਹੀ ਗੱਲ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੀ ਆਪਸ 'ਚ ਦਰਾਰ ਦੀ, ਦੇਖੋ ਸੋਸ਼ਲ ਮੀਡੀਆ ਤੇ ਚੱਲ ਹੀ ਰਿਹਾ, ਮੇਨ ਨਿਊਜ਼ ਚੈਨਲ ਨੇ ਵੀ ਇਹ ਖਬਰ ਚਲਾਈ ਹੈ, ਨਿਊਜ਼ ਚੈਨਲ ਹਾਂ ਨੇ ਵੀ ਇਸੇ ਇਹ ਕਰਕੇ ਖਬਰ, ਮੈਂ ਤੁਹਾਨੂੰ ਦੱਸ ਰਿਹਾ ਵੀ ਕੁਛ ਬਿਲਕੁਲ। ਹੈ ਇਦਾਂ ਦਾ ਕਿ ਦੇਖੋ ਜਦੋਂ ਕਿਹਾ ਜਾਂਦਾ, ਜਦੋਂ ਪਿਛਲੀ ਵਾਰੀ ਕੇਜਰੀਵਾਲ, ਜਦੋਂ ਪਿਛਲੀ ਵਾਰੀ ਭਗਵੰਤ ਮਾਨ ਸਾਹਿਬ ਜਦੋਂ ਆਪਦਾ ਇਲਾਜ ਕਰਾਉਣ ਗਏ ਸੀ, ਜਦੋਂ ਕਿਹਾ ਸੀਗਾ ਪੇਟ ਦੀ ਦਿੱਕਤ ਹੋ ਗਈ, ਇਲਾਜ ਕਰਾਉਣ ਗਏ ਸੀ, ਉਦੋਂ ਕਿਹਾ ਜਾ ਰਿਹਾ ਕਿ ਉਦੋਂ ਮੀਟਿੰਗ ਹੋਈ ਸੀ। ਅੱਛਾ ਉਦੋਂ ਕੇਜਰੀਵਾਲ ਸਾਹਿਬ ਤੇ ਭਗਵੰਤ ਭਗਵੰਤ ਮਾਨ ਸਾਹਿਬ ਮਾਨ, ਦੀ ਮੀਟਿੰਗ ਹੋਈ ਸੀ, ਤੇ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਸ ਬੈਠਕ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਮਾਨ ਸਾਹਿਬ ਨੇ ਆਪਦੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਿ ਜੀ ਕਿ ਸਭ ਕੁਝ ਰਾਘਵ ਚੱਡਾ ਕਰ ਰਿਹਾ, ਸਾਨੂੰ ਮਨਜ਼ੂਰ ਨਹੀਂ ਹੈ, ਮੇਰਾ ਸਿਸਟਮ ਨਹੀਂ ਚੱਲ ਰਿਹਾ, ਮੈਂ ਰਾਘਵ ਚੱਡਾ ਦੀ ਇਨਵੋਲਵਮੈਂਟ ਬਰਦਾਸ਼ਤ ਨਹੀਂ ਕਰੂੰਗਾ, ਇਹ ਗੱਲ ਕਹੀ ਗਈ ਸੀ। ਠੀਕ ਹੈ, ਹੁਣ ਉਸੇ ਚੀਜ਼ ਨੂੰ ਕਹਿ ਕੇ ਜੀ ਲੰਬਾ ਕੰਮ ਹੋ ਗਿਆ, ਕਿਉਂ ਕੀ ਹੋਇਆ ਹੈ ਕਿ ਪਿਛਲੇ ਦਿਨੀ ਹੁਣ ਜਿਹੜਾ ਰਿਡਾਰ ਹੈ ਨਾ, ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਦਾ, ਈਡੀ ਦਾ ਜਿਹੜਾ ਰਿਡਾਰ ਹੈ ਜਾਂ ਹੋਰ ਚੀਜ਼ਾਂ ਦਾ ਰਿਡਾਰ ਹੈ, ਉਹ ਪੰਜਾਬ ਦੀ ਜਿਹੜੀ ਆਬਕਾਰੀ ਨੀਤੀ ਯਾਨੀ ਦਾਰੂ ਵਾਲੀ ਜਿਹੜੀ ਪਾਲਿਸੀ ਆਈ ਹੈ ਹਾਂ, ਉਹਦੇ ਉੱਤੇ ਉਹ ਹੋ ਰਿਹਾ, ਉਹਦੇ ਉੱਤੇ ਉਹ ਇਧਰਲੇ ਪਾਸੇ ਮੁੜ ਰਹੇ ਨੇ, ਅੱਛਾ ਉਹਦੇ ਵਿੱਚ ਜਿਹੜੇ ਆਫੀਸਰਸ ਨੇ ਠੀਕ ਹੈ ਉਹ ਭੱਜ ਰਹੇ ਨੇ, ਉਹ ਨਾ ਉਹ ਸੁਣਨ ਚ ਆਇਆ ਕਿ ਆਫੀਸਰ ਨੇ ਦੇਰ ਰਾਤ ਮੀਟਿੰਗਸ ਵੀ ਕੀਤੀਆਂ ਇੱਕ ਦੋ ਦੋ ਚਾਰ ਦਿਨ ਪਹਿਲਾਂ ਆਪਸ ਚ, ਆਪਸ ਚ ਵੀ ਤੇ ਮਿਨਿਸਟਰਸ ਕੋਲ ਜਾ ਕੇ ਵੀ, ਠੀਕ ਹੈ, ਕਿਉਂਕਿ ਇਹ ਜਿਹੜੀ ਨੀਤੀ ਹੈ ਨਾ ਇਹਦੇ ਵਿੱਚ ਆਫੀਸਰਸ ਜ਼ਿਆਦਾ ਫਸਦੇ ਨੇ, ਅੱਛਾ ਆਫੀਸਰਸ ਫਸਦੇ ਨੇ ਜਦੋਂ ਤੁਸੀਂ ਲਾਗੂ ਕਰਾਉਂਦੇ, ਕਿਉਂਕਿ ਠੀਕ ਹੈ, ਆਫੀਸਰਸ ਦੀ ਡਿਊਟੀ ਹੁੰਦੀ ਹੈ ਨਾ ਕਈ ਚੀਜ਼ਾਂ ਦੇ ਵਿੱਚ। ਹੁਣ ਉਹ ਆਫੀਸਰ ਦੇ ਇਹ ਕਹਿੰਦੇ ਇਹ ਸਾਰਾ ਜਿਹੜਾ ਰੇੜਕਾ ਪਿਆ ਹੈ, ਇਸ ਰੇੜਕੇ ਦੇ ਨਾਲ ਭਗਵੰਤ ਮਾਨ ਸਾਹਿਬ ਨਾਰਾਜ਼ ਨੇ ਕਿ ਜੀ ਤੁਸੀਂ ਜਿਹੜੀ ਆ ਪਾਲਿਸੀ ਜਿਹੜੀ ਆ ਲਵਾਈ ਹੈ ਗਲਤ ਹੋਈ ਹੈ, ਮੈਨੂੰ ਗੁੱਸਾ ਹੈ ਇਸ ਚੀਜ਼, ਮਤਲਬ ਇਹ ਸੈਟੀਸਫਾਈਡ ਨਹੀਂ, ਇਹ ਸੈਟੀਸਫਾਈਡ ਨਹੀਂ ਕਿ ਸਾਡੀ ਇਮੇਜ ਖਰਾਬ ਹੋ ਗਈ ਹੈ ਜੋ ਵੀ ਕੁਝ ਹੈ, ਵੀ ਅਗਰ ਮਤਲਬ ਤੁਸੀਂ ਪਾਲਿਸੀ ਬਣਾਈ ਹੈ ਸਾਨੂੰ, ਹਾਂ ਮਤਲਬ ਸਾਨੂੰ ਉਹਦੇ ਬਾਰੇ ਨਹੀਂ ਪਤਾ ਸੀ ਤੇ ਤੁਸੀਂ ਉਹ ਲਾਗੂ ਕਰਵਾਤੀ,
ਕਿ ਉਹ ਜਿਨ ਉਹ ਜਿਨ੍ਹਾਂ ਨੂੰ ਕੰਮ ਮਿਲਿਆ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਤੋਂ ਫਾਇਦਾ ਲਿੱਤਾ ਜਾਵੇ ਇਲੈਕਸ਼ਨਸ ਦੇ ਵਿੱਚ। ਠੀਕ ਹੈ, ਠੀਕ ਹੈ। ਜੇ ਤਾਂ ਉਹ ਕੰਮ ਹੋਇਆ ਤਾਂ ਹੋ ਸਕਦਾ ਕਿ ਭਗਵੰਤ ਮਾਨ ਸਾਹਿਬ ਵਾਕਈ ਗੁੱਸੇ 'ਚ ਹੋਣ, ਵਾਕਈ ਇੱਕ ਗੱਲ ਹੋ ਸਕਦੀ ਵੀ ਹੈ। ਆਪਦੇ ਫਾਇਦੇ ਵਾਸਤੇ ਸਾਨੂੰ ਫਸਾਇਆ ਜਾ ਰਿਹਾ, ਬਲੀ ਦਾ ਬੱਕਰਾ ਹਾਂ, ਬਣਾਇਆ ਜਾ ਰਿਹਾ। ਇਹ ਹੋ ਸਕਦਾ ਹੈ। ਇੱਕ ਚੀਜ਼ ਇਹ ਹੈ, ਹੁਣ ਮੈਂ ਤੁਹਾਨੂੰ ਦੂਜੀ ਥੋੜੀ ਸਾਰਿਆਂ ਨੇ ਹੋਰ ਦੱਸਣਾ ਚਾਹਨਾ ਕਿ ਜੀ ਕਈ ਚੀਜ਼ਾਂ ਨਾ ਜਾਣ ਬੁੱਝ ਕੇ ਫਲਾਈਆਂ ਜਾਂਦੀਆਂ ਨੇ। ਤੁਹਾਨੂੰ ਯਾਦ ਹੋਊਗਾ ਜਦੋਂ ਰਾਘਵ ਚੱਡਾ ਨਾਲ ਤਲਖੀ ਵਾਲੀ ਗੱਲ ਹੋਈ ਕਿ ਰਾਘਵ ਚੱਡਾ ਤੇ ਭਗਵੰਤ ਮਾਨ ਦੇ ਵਿੱਚ ਆਪਸ 'ਚ ਵਿਰੋਧਤਾ ਹੋ ਰਹੀ ਹੈ, ਤਲਖੀ ਹੋ ਗਈ ਹੈ, ਉਦੋਂ ਜਿੰਨੇ ਵੀ ਲੋਕ ਭਗਵੰਤ ਮਾਨ ਸਾਹਿਬ ਦਾ ਵਿਰੋਧ ਕਰ ਰਹੇ ਸੀ ਸੋਸ਼ਲ ਮੀਡੀਆ ਦੇ ਉੱਪਰ, ਉਹ ਸਾਰੇ ਚੁੱਪ ਕਰ ਗਏ ਸੀ। ਅੱਛਾ, ਯਕਦਮ ਵਾਹ। ਪੋਜ਼ਿਟਿਵਿਟੀ ਫੈਲ ਗਈ ਸੀ ਚਾਰੇ ਪਾਸੇ ਕਿ ਭਗਵੰਤ ਮਾਨ ਖੜਾ ਹੋ ਗਿਆ। ਸਾਰਿਆਂ ਨੇ ਕਿਹਾ ਭਗਵੰਤ ਮਾਨ ਤੂੰ ਚਿੰਤਾ ਨਾ ਕਰ, ਸੀਐਮ ਸਾਹਿਬ ਅਸੀਂ ਤੁਹਾਡੇ ਨਾਲ ਹਾਂ, ਸਟੈਂਡ ਲੈ ਗਿਆ ਭਗਵੰਤ ਸਟੈਂਡ ਲੈ ਮਾਨ। ਗਿਆ। ਹਾਂ, ਕਿ ਭਗਵੰਤ ਮਾਨ ਸਟੈਂਡ ਲੈ ਗਿਆ। ਠੀਕ ਹੈ, ਇਹ ਸਾਰੀਆਂ ਫੇਸਬੁੱਕ ਤੇ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ। ਉਹਦੇ ਨਾਲ ਭਗਵੰਤ ਮਾਨ ਸਾਹਿਬ ਦੀ ਇਮੇਜ ਵਧੀਆ ਹੋਈ ਤੇ ਪੋਜ਼ਿਟਿਵਿਟੀ ਆ ਗਈ ਸੀ। ਅੱਛਾ, ਠੀਕ ਹੈ। ਹੁਣ ਇਹ ਹੋ ਸਕਦਾ ਹੈ ਕਿ ਜਿਹੜਾ ਆਹ ਰੌਲਾ ਜਿਹੜਾ ਦੁਬਾਰਾ ਪਾਇਆ ਗਿਆ ਹੈ, ਠੀਕ ਹੈ, ਇਹ ਪਲਾਂਟਡ ਹੋ ਸਕਦਾ, ਅੱਛਾ ਹੋ ਠੀਕ ਹੈ। ਸਕਦਾ, ਮੈਨੂੰ ਨਹੀਂ ਪਤਾ ਹੈ ਕਿ ਨਹੀਂ ਹੈ, ਮੈਂ ਹਾਂ, ਸਿਰਫ ਇੱਕ ਹਿੰਟ ਦੇ ਸਕਦਾ, ਅੱਛਾ ਅੱਛਾ ਇਹ ਹੋ ਸਕਦਾ ਹੈ ਕਿ ਹੁਣ ਦੁਬਾਰਾ ਕੇਜਰੀਵਾਲ ਤੇ ਭਗਵੰਤ ਮਾਨ ਦਾ ਆਪਸ 'ਚ ਲੜਾਈ ਦਿਖਾ ਕੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਪਲਾਂਟ ਕਰਕੇ ਕਿਸੇ ਹੋਰ ਮੁੱਦੇ ਤੋਂ ਭੜਕਾਇਆ ਜਾਵੇ। ਹਾਂ, ਵਿੱਚ ਇਹ ਵੀ ਸੁਣਨ ਨੂੰ ਆ ਰਿਹਾ ਵੀ ਭਗਵੰਤ ਮਾਨ ਕਹਿੰਦਾ ਵੀ ਮੈਂ ਆਪਦੀ ਪੰਜਾਬ ਵਾਲੀ ਆਮ ਆਦਮੀ ਪਾਰਟੀ ਮੈਂ ਆਪਦੀ ਅਲੱਗ ਚਲਾਉਂਗਾ, ਮੈਂ ਆਪਦੇ ਦਿਮਾਗ ਨਾਲ ਚਲਾਉਂਗਾ। ਦੇਖੋ, ਹਾਂ, ਉਹ ਕਹਿੰਦਾ ਮੈਂ ਆਪਦੇ ਹਿਸਾਬ ਨਾਲ ਚਲਾਉਂਗਾ, ਇਹ ਲੋਕ ਹੈ, ਉਹ ਇਹ ਕਿਹਾ ਜਾ ਰਿਹਾ ਕਿਉਂਕਿ ਇਹਦੇ ਇਸ ਚੀਜ਼ ਨਾਲ ਜੁੜੀ ਹੋਈ ਹੈ। ਹੁਣ ਤਾਂ ਸੋਸ਼ਲ ਮੀਡੀਆ ਤੇ ਤਾਂ ਇਹ ਚੀਜ਼ਾਂ ਮੈਂ ਕੱਲ ਪੜਿਆ, ਕਮੈਂਟ ਕਾਫੀ ਚੀਜ਼ਾਂ ਦੇਖਿਆ, ਲੋਕ ਕਹਿ ਰਹੇ ਨੇ ਕਿ ਭਗਵੰਤ ਮਾਨ ਤੂੰ ਚਿੰਤਾ ਨਾ ਕਰ, ਤੂੰ ਆਮ ਆਦਮੀ ਪਾਰਟੀ ਪੰਜਾਬ ਬਣਾ ਲਾ, ਹਾਂ, ਲੈ ਤੈਨੂੰ ਦੱਸ। ਇਹਨਾਂ ਤੋਂ ਡਰਨ ਦੀ ਲੋੜ ਨਹੀਂ। ਅੱਛਾ, ਠੀਕ ਹੈ, ਹੁਣ ਇਹ ਚੀਜ਼ਾਂ ਹੋ ਰਹੀਆਂ ਨੇ, ਹੁਣ ਇਹ ਐਕਚੁਅਲ ਦੇ ਵਿੱਚ ਹੈ ਹਾਂ, ਜਾਂ ਬਿਲਕੁਲ ਵੀ ਨਹੀਂ ਹੈ ਕਿ ਐਵੇਂ ਫਲਾਇਆ ਜਾ ਰਿਹਾ ਜਾਂ ਇਹ ਪਲਾਂਟਡ ਹੈ, ਹਾਂ, ਪਲਾਂਟਡ ਵੀ ਹੋ ਬਿਲਕੁਲ ਸਕਦਾ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੁੰਦਾ, ਇਸ ਕਰਕੇ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ, ਆਪਾਂ ਨੂੰ ਜਿਹੜੇ ਐਕਚੁਅਲ ਮੁੱਦੇ ਆ ਨਾ ਉਹਨਾਂ ਤੋਂ ਭਟਕਣਾ ਨਹੀਂ ਚਾਹੀਦਾ। ਐਕਚੁਅਲ ਕੰਮ ਹੈ ਜਿਹੜੇ ਉਹਨਾਂ ਪਿੱਛੇ ਰੌਲਾ ਪਾਓ, ਇਹਨਾਂ ਮੁੱਦਿਆਂ ਤੇ ਨਹੀਂ ਪਹੁੰਚਣਾ ਚਾਹੀਦਾ, ਕਿਉਂਕਿ ਇਹ ਮੁੱਦੇ ਇਹੋ ਜਿਹੇ ਨੇ ਜੇ ਇਹਨਾਂ ਦਾ ਰੌਲਾ ਪੈ ਗਿਆ ਨਿਕਲਣਾ ਕਰਨਾ ਇਹਨਾਂ 'ਚ ਕੁਝ ਹੈ ਨਹੀਂ। ਠੀਕ ਹੈ, ਨਾ ਤਾਂ ਕਦੇ ਭਗਵੰਤ ਮਾਨ ਸਾਹਿਬ ਆ ਕੇ ਦੱਸਣਗੇ, ਨਾ ਕੇਜਰੀਵਾਲ ਸਾਹਿਬ ਦੱਸਣਗੇ ਸਾਡੀ ਅਗਰ ਲੜਾਈ ਹੋਈ ਹੈ ਜਾਂ ਨਹੀਂ ਹੋਈ, ਜਾਂ ਕੀ ਮੀਟਿੰਗ ਹੋਈ ਜਾਂ ਕੀ ਮੀਟਿੰਗ ਨਹੀਂ ਹੋਈ, ਨਾ ਹੀ ਕੋਈ ਰਾਘਵ ਚੱਡਾ ਦੱਸੂਗਾ। ਬਿਲਕੁਲ, ਠੀਕ ਹੈ, ਬਤਾਈ, ਚੱਡਾ ਸਾਹਿਬ ਤਾਂ ਵੈਸੇ ਹੀ ਨਾ ਦੱਸਣ, ਲੋਕ ਦੱਸ ਦਿੰਦੇ ਆ, ਲੋ ਸੂਤਰ ਸੂਤਰ ਹੋ ਰਹੀ ਹੈ ਕਿ ਐਕਚੁਅਲ ਸੂਤਰ ਕੌਣ ਹੈ ਪਤਾ ਨਹੀਂ। ਕਹਾਣੀਆਂ ਬਣਾ ਕੇ ਲੋਕ ਬਣਾ ਦਿੰਦੇ ਆ। ਇਹ ਉਹੀ ਕਹਿ ਰਿਹਾ ਨਾ ਜੀ, ਇਹ ਚੀਜ਼ਾਂ ਪਲਾਂਟ ਕੀਤੀਆਂ ਹੋ ਸਕਦੀਆਂ, ਫਲਾਈਆਂ ਜਾਂਦੀਆਂ ਨੇ ਬਾਕੀ ਚੀਜ਼ਾਂ ਤੋਂ ਧਿਆਨ ਭਟਕਾਉਣ ਵਾਸਤੇ। ਚਲੋ, ਇਹ ਚੀਜ਼ਾਂ ਤਾਂ ਫਲਾਈਆਂ ਜਾ ਰਹੀਆਂ, ਹੁਣ ਇਹ ਚੀਜ਼ ਤਾਂ ਨਹੀਂ ਫਲਾਈ ਜਾ ਰਹੀ ਵੀ 92 ਦੇ 92 ਜਿਹੜੇ ਹੈਗੇ ਆ ਐਮਐਲਏ, ਇਹਦੇ 'ਚ ਤਾਂ ਫਲਾਣ ਵਾਲੀ ਕੋਈ ਗੱਲ ਨਹੀਂ, 92 ਜਾਣਗੇ, ਮਿਲ ਕੇ ਆ ਤੇ ਜਾਣਗੇ। ਕਹਿੰਦੇ ਵੀ ਬੀਜੇਪੀ ਵਾਲੇ ਲਾਲਚ ਦੇ ਰਹੇ ਆ, ਉਹਨਾਂ ਦੇ ਜਿਹੜੇ ਹੈਗੇ ਐਮਐਲਏ ਦੇਖੋ, ਤੋੜ ਰਹੇ ਆ, ਤੇ ਕੈਂਡੀਡੇਟ ਨੂੰ 25 ਕਰੋੜ ਰੁਪਏ ਦੇਣ ਦਾ ਲਾਲਚ ਦੇ ਰਹੇ ਆ, ਤੇ FIR ਵੀ ਹੋ ਗਈ ਇਹਦੇ। ਹਾਂ, ਉਹ FIR ਤਾਂ ਦੇਖੋ ਜੀ, ਜਿਹੜੀ FIR ਹੋਈ ਹੈ ਉਹ MLAs ਨੇ ਕਰਾਈ ਹੈ। ਕਹਿੰਦੇ ਨਾ ਅੱਕ ਦਾ ਕੀ ਨਾ ਕਰਦਾ, ਠੀਕ ਹੈ, ਕਿੰਨਾ ਅਖੀਰ ਤਾਂ ਅੱਕ ਚੱਬਣਾ ਹੀ ਪਊਗਾ। ਇਹ ਉਹ ਕੰਮ ਹੋ ਗਿਆ ਕਿ ਜਦੋਂ ਜਿਹੜੇ ਵਿਰੋਧੀ ਧਿਰ ਦੇ ਨੇਤਾ, ਠੀਕ ਹੈ, ਆਪਣੇ ਕਾਂਗਰਸ ਤੋਂ, ਬਾਕੀ ਖਹਿਰਾ ਸਾਹਿਬ, ਹੋਰ ਆਪਣੇ ਰਾਜਾ ਵੜਿੰਗ ਸਾਹਿਬ, ਆਪਣੇ ਕੀ ਨਾਮ ਮਜੀਠੀਆ ਸਾਹਿਬ, ਠੀਕ ਹੈ, ਬਾਦਲ ਸਾਹਿਬ, ਇਹਨਾਂ ਬਾਕੀ ਸਾਰਿਆਂ, ਰੈਲੀ ਕੀਤੀ ਬੀਜੇਪੀ ਸਾਹਿਬ, ਹਾਂ, ਇਹਨਾਂ ਸਾਰਿਆਂ ਨੇ ਰੌਲਾ ਪਾਇਆ ਤੇ ਫਿਰ ਇੱਕ ਇੱਕ ਇਹਨਾਂ ਚੋਂ ਇੱਕ ਨੇ ਕਹਿਤਾ ਕਿ ਜੀ ਜੇ ਇੰਨਾ ਹੀ ਆ ਤਾਂ ਤੁਸੀਂ ਕੇਸ ਕਰ ਬੁੱਕ ਦਿਓ, ਕਰ ਜੇ ਤੁਹਾਡੇ ਕੋਲ ਸਬੂਤ ਹੈ ਜੇ ਦਿਓ, ਉਸਕੋ ਉਕਸਾਉਂਦੇ ਆ ਮਤਲਬ। ਹਾਂ, ਉਹਨਾਂ ਨੇ ਉਕਸਾਇਆ ਇਹਨਾਂ, ਇਹਨਾਂ ਨੇ, ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਦੇ ਵਿੱਚ ਕਿਸੇ ਨੇ ਇਸ ਤਰ੍ਹਾਂ ਦੀ FIR ਕਰਾਈ ਹੋਵੇ ਜਾਂ ਇਸ ਤਰ੍ਹਾਂ ਦਾ ਮਾਮਲਾ ਦਰਜ ਕਰਾਇਆ ਹੋਵੇ ਚਲੋ ਪੁਲਿਸ ਸ਼ੁਰੂਆਤ ਕੋਲ। ਤਾਂ ਹੋਈ। ਹਾਂ, ਸੋ ਉਹਨਾਂ ਨੂੰ ਅਖੀਰ ਕਰਾਉਣਾ ਹੀ ਪਿਆ, ਕਿਉਂਕਿ ਇਹਦੇ ਵਿੱਚ ਕੀ ਹੈ ਜੀ ਕਿ ਅਗਰ ਉਹ ਨਹੀਂ ਕਰਾਉਂਦੇ ਤਾਂ, ਅਗਰ ਉਹ ਇਨਕੁਆਇਰੀ ਨਹੀਂ ਕਰਾਉਂਦੇ, ਇਨਕੁਆਇਰੀ ਨੂੰ ਡਿਲੇ ਕਰ ਦਿਓ ਜਾਂ ਇਨਕੁਆਇਰੀ ਜੋ ਕੁਝ ਨਹੀਂ ਨਿਕਲਿਆ ਉਹ ਦੂਰ ਦੀਆਂ ਗੱਲਾਂ ਹੈ, ਲੇਕਿਨ ਕੋਈ ਉਹਦਾ, ਕਿਉਂਕਿ ਇਹਨਾਂ ਤੇ ਇੱਕ ਥੋੜਾ ਮਾਨ ਪ੍ਰੈਸ਼ਰ, ਹਾਨੀ ਦਾ ਹਾਂ, ਪ੍ਰੈਸ਼ਰ ਸੀ, ਦੂਜਾ ਮਾਨ ਹਾਨੀ ਦਾ ਮੁਕੱਦਮਾ ਵੀ ਹੋ ਸਕਦਾ ਕਿ ਤੁਸੀਂ ਸਾਡੇ ਤੇ ਇਲਜ਼ਾਮ ਲਗਾ ਰਹੇ ਹੋ, ਠੀਕ ਹੈ, ਠੀਕ ਹੈ। ਪ੍ਰੂਵ ਕਰੋ। ਤੇ ਬੀਜੇਪੀ ਵਾਲੇ ਮੁੱਕਰੇ ਨੇ ਯਾਰ, ਸਰਿਆਮ ਮੁੱਕਰੇ ਕਹਿੰਦੇ ਨੋ ਨੋ, ਉਹ ਕਹਿੰਦੇ ਸਾਨੂੰ ਕਹਿ ਕੋਈ ਨਹੀਂ, ਤਾਂ ਨਾ ਵੀਰੋ ਕੰਮ ਕਰਦੇ ਤੇ ਨਾ ਦੇਖੋ ਸਾਡੀ ਜੀ ਉਹ ਲੋੜ ਹੈ। ਮੁੱਕਰੇ, ਦੇਖੋ ਉਹ ਮੁੱਕਰੇ ਤੇ ਉਦੋਂ ਸਵੇਰੇ ਮੁੱਕਰੇ ਤੇ ਸ਼ਾਮ ਜਿਹਨੂੰ ਖਬਰ ਆਈ ਕਿ ਜੀ ਗੋਆ ਦੇ ਵਿੱਚ ਉਹਨਾਂ ਨੇ 10 8 9 ਇਹ ਕਿਹੜਾ 10 ਪਹਿਲੀ, 12 ਹੋਰ, ਹਾਂ, ਇਹ ਗੋਆ ਕਿਹੜਾ, ਦੇ ਵਿੱਚ ਵੀ MLA ਉਹਨਾਂ ਨੇ ਖਰੀਦ ਲਿਆ, ਔਰ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ, ਸਾਊਥ ਦੇ ਵਿੱਚ ਪਹਿਲਾਂ ਵੀ ਹੋ ਚੁੱਕਿਆ ਹੈ, ਆਪਰੇਸ਼ਨ ਲੋਟਸ ਪਹਿਲਾਂ ਵੀ ਚੱਲਿਆ, ਪਹਿਲਾਂ ਵੀ ਹੋ ਚੁੱਕਿਆ ਹੈ, ਤੇ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਹੈ, ਯੇਦੂਰੱਪਾ ਸਾਹਿਬ ਨੇ ਇਹ ਸਰਕਾਰ ਬਣਾਈ ਸੀ ਤੇ ਉਹ ਹੋ ਚੁੱਕਿਆ ਹੈ, ਗੋਆ ਸਿੱਕਮ ਦੇ ਦੇ ਵਿੱਚ ਵੀ ਹੋ ਤੋੜੇ ਚੁੱਕਿਆ ਨੇ। ਹੈ, ਹਾਂ, ਕਾਫੀ ਜਗ੍ਹਾ ਹੋ ਚੁੱਕਿਆ ਹੈ, ਹੋ ਹਮ, ਚੁੱਕਿਆ ਹੈ, ਠੀਕ ਹੈ। ਇਹਦੇ ਚ ਵੀ ਹੋਇਆ, ਆਪਣੇ SBI ਸਾਹਿਬ ਵੀ ਤਾਂ ਇਹਨਾਂ ਨੇ
देखो जी वो खबर दो है सौ करोड़ दी, दो बिल्कुल, सौ 200 करोड़ रुपए का कहने जी हीरोइन पकड़ी गई, हेरोइन पकड़ी गई, हेरोइन, हीरोइन नहीं, हेरोइन हाँ सो हेरोइन पकड़ी गई, उन्होंने हेरोइन है या किया है कुछ कह नहीं सकते, क्योंकि आजकल जेड़ा केमिकली बहुत कुछ अब्स्ट्रैक्ट करके बनाया जा रहा है, क्यों हेरोइन बची भी है कि नहीं बची या कुछ हो रही है कुछ नहीं पता, कहते ही रहे कि हेरोइन है। वो जड़ी पकड़ी गई तो उदे विचो जड़ी खबर निकल के आई कि जी वो जड़ी पकड़ी गई वो असल च आनी पंजाबी सी। अच्छा नशा ऑल ओवर इंडिया दे विच जां किते भी फड़िया जावे जां किते स्मगल हो रहा होवे, मतलब जोड़िया उहनूं पंजाब नाल जांदा वी पहुंचना ओला ने पंजाब च ही है। देखो जी एक ना पिछे जे काफी साल पहला दी गल है, मैनू याद नहीं मैं केड़े हुंदे जे पढ़ी सी, एक आर्टिकल सीगा, एक बहुत सूझवान सीगे उन्होंने एक आर्टिकल लिखा सीगा, उन्होंने कहा सीगा कि जे पंजाब दे विच इन्ना ज्यादा क्यों फैलिया जबकि जेड़े आ वाले नशे सीगे ये पंजाब दे ओरिजिनेटेड नहीं है, ये वाले नशे ज्यादातर बॉम्बे या वड़े शहरों से होंगे, बॉम्बे जिहड़े साइड ज्यादा होंगे। इहदे वाले हाँ हेरोइन, सिंथेटिक जां हेरोइन या हेरोइन जां, सिंथेटिक या केमिकल नशे, वो कहते कि पंजाब ने इतनी छेती तूल क्यों पकड़ ली, पंजाब च इतना ज्यादा क्यों फैल गया, वो दा कारण वो कहते उन्होंने लिखा सी कि उन्दा एक कारण ये भी है, सारा वड़ा कारण उन्होंने ये दस्या सी कि पंजाब दे विच परमानेंट वर्क नहीं है डे टू डे बेसिस दा, अच्छा समझो इस गल नू समझना है। एम्प्लॉयमेंट आ गया नहीं गल। नहीं इम्प्लॉय कहते जी जेड़े बंदे जेड़ा बंदा इम्प्लॉयड है भी है ना उनके को भी वेला टाइम ज्यादा है, अच्छा उदा कारण यह है कि ठीक है जेड़े जेड़े किसानों के बच्चे सीगे किसानों के मुंडे या किसान आप उन्होंने का की सीगा कि किसानी का काम लगातार नहीं होंगे, नहीं हुंदा बिल्कुल। ठीक है तुसी झोना बीज लिया उधर बंद ले गया लिया उदू बाद थोड़े वेले ज्यादातर वेले। वेले या सवेरे शाम काम कर लिया दोपहरे वेले, ठीक है फिर जो कटाई का टाइम है उदो काम आऊगा, ये हाँ इस चक्कर दे विच मुंडिया कोले या किसानों कोले टाइम सीगा। ठीक, जिवें कहिंदे ते वेला मन शैतान दा घर। हाँ इस करके ओह इन्हां नशा नूं जल्दी अडॉप्ट कर ज्यादा हो गया है पंजाब च नशा, ये एक कारण उस आर्टिकल च लिखा गया सी काफी साल पहला दी गल है जदों मैं ये आर्टिकल पढ़िया सीगा, और वो किसे हद तक मैनूं ठीक भी लगदा है, ठीक है वो एक ठीक है, रिपोर्ट सी या आर्टिकल सी मैं पढ़िया सीगा ओहदे विच ये सारा वड्डा कारण दस्या गया सी, बाकी ऐ भी ना पंजाबी जिहड़े पासे नूं पै जांदे फिर उस नंबर वन नहीं हो जांदे। बस वही है जी कि नशा आया लोगों दे लग गया, ठीक है इन्हां और ने यह नहीं सोचा भी इहदे च घट्टो घट्ट नंबर वन ना बणीए, इहनूं थोड़ा जिहा इगनोर करिए, बिल्कुल पर बिल्कुल नहीं, इहदी लत हुण बहुत बुरी तरह लग देखो अगे नालों कुछ चुकी। तां डंडा वध्या है पुलिस का और वधना भी चाहिए इस काम के पिछे, लेकिन जो तो खबर आ रही है कि जी जे गुजरात तो आ रहा है वो भी पंजाब वास्ते सीगा, पाकिस्तान तो आ रहा है वो भी पंजाब, जे पाकिस्तान पंजाब के बॉर्डर तो आ रहा है वो भी पंजाब वास्ते सीगा, तो फिर दुख तो होंगे ही है। तो ठीक गल सही है, अगे नालों कुछ पंजाब पुलिस का जां कह लो प्रशासन का हाँ असर तो वधिया, पर हजे बिल्कुल उन्ना असर दिखाई नहीं दे रहा, क्योंकि क्योंकि कल दी जिहड़ी घटना तरन तारण दी हुई है, माँ ते पुत्र जिन्हां ने नशा वेचण तों मना कीता उन्हां नूं सरेआम नंगे करके चौंक दे विच कुट्टिया गया। देखो बहुत मंदभागी घटना है, दूसरा मैंने एक गल नहीं समझ आई जो इह जिहा कुछ होया कि उधर उन्हां ते स्ट्रिक्ट एक्शन क्यों नहीं होया, पहली गल उसे टाइम एक्शन होना चाहिए था सी। नेचुरली वो उत्ते तक जिहड़ा हैगा पैसा हाँ कढाउंदे हैगा, बिल्कुल पढ़न बिल्कुल दिया उसनूं। उन्हां दी हौसला इन्ने को बुलंद है या वो उन्हां नूं ये या वो इन्हां नूं ये हो गया कि ये ज्यादा रौला पाणगे तो साडा सारा कुछ बंद हो जाऊगा, मतलब डर तो उन्होंने है ही नहीं ना किसी चीज़ का। उन्होंने डर पैदा करने की कोशिश की अगर देखा जाए तो, कि जेड़ा उन्होंने लिया के चौंक दे विचों सारा कुछ किया उन्होंने ता किया कि ताकि होर कोई बोल ना सके, स्मगलर्स ने डर पैदा करने की कोशिश की है, पर बिल्कुल स्मगलर्स नू डर इस चीज़ का है नहीं, वो तो पता दिख ही रहा है जेड़ा इन्ना कुछ कह रहा तो दिख ही रहा है ना वो उन्होंने यही पुलिस का डर, ना उन्होंने केसों का डर, ना इन्ना उन्होंने मतलब उन्होंने सैंडगार्ड उत्ते तक है जिवें तुम कह रहे बिल्कुल। हो, बिल्कुल तो इन्होंने चीजा तो आपू सारे मुखर होकर करना पड़ेगा, और जो यहाँ कुछ हों तो पुलिस डिपार्टमेंट में एक एग्जाम्पल देना चाहिए, एक एग्जाम्पल मैं कह देना कि एग्जाम्पल सेट करनी चाहिए हाँ है। एग्जाम्पल कहते हैं कुत्ती मार के टांग दो, हाँ बिल्कुल एग्जाम्पल सो सेट करनी वो चाहिए। सम हेड शुड रोल यस इंग्लिश से क्या जाता है, सो वो चीज होनी चाहिए और ये एग्जाम्पल बनाना चाहिए कि दोबारा ये जा काम कोई भी स्मगलर या कोई भी नशेड़ी या कोई भी ये काम करने की सोच भी ना सके, बिल्कुल, पहला ये लभदे सी जेड़ा ये काम करते, हूँ बिल्कुल सरेआम मूहरे आ रहे हैं, हाँ सो फिर अगर तो अच्छी अगर लड़ाई शरिया सौखा मुहरे आ है, रहे हैं तो वधिया गल है ना जी, ये तो पकड़ो इन्हें तो बहुत सौखा अच्छी जो लड़ाई होगा, सौखा हो सकता है बिल्कुल जे इन्हां नूं टंगन कीता थोड़ी वाली गल, जिवें ते बाकियां नूं भी कान होणगे। बड़के नु भी कानून होंगे कि भाई पुलिस वाले फड़नगे या साढ़े ते चलो कार्रवाई होगी या सारा कुछ होगा, हुण पुलिस दा डर बहुत जरूरी। भाजी सवाल होर भी बहुत ने, पर समा इजाजत नहीं दे रहा, तो इसको कल फिर आप कुछ नवे मुद्दों के नाल कुछ नवे सवालों के नाल भाजी को फिर आप कष्ट देवे, दिमाग इन्हों का आप खाते ही रहेंगे, तो जोड़ा भी कोई नवा मुद्दा पंजाब के थोड़े साझा करने वाला होंगे असं वो मुद्दे लिया रहेंगे, उद तक सानू दो इजाजत, सत श्रीकाल भाजी। सही है।